ਢਾਈ ਟਣਗੇ ਹਨਾ, ਉਹ ਫੇਰ ਕਹਿੰਦੇ ਵੀ ਦਿੱਲੀ ਦਾ ਮਾਲ ਪਵਾ, ਬਾਕੀ ਅਸੀਂ ਕਰਦੇ ਸਾਨੂੰ ਤਾਂ ਅੰਦਰ ਕਰਦਾ ਅਸੀਂ ਬੜ ਕੇ ਵੀ ਸਾਰਿਆਂ ਨੂੰ ਜੀ ਸਾਨੂੰ ਇੱਥੇ ਨਾ ਪੋਸਟਰ ਮਿਲੇ ਸੀਗੇ, ਇਹਨਾਂ ਨੇ ਬੁਲਾਇਆ ਗਲੋਬਲ ਇੰਟਰਪ੍ਰਾਈਜ਼ ਨੇ, ਇਹ ਕਹਿੰਦੇ ਕਿ 15 ਦਿਨ ਦੇ ਵਿੱਚ ਤੁਹਾਡਾ ਵੀਜ਼ਾ ਲੱਗ ਜੂਗਾ, ਤੇ ਇਹਨਾਂ ਕਹਿੰਦੇ ਵੀ 35,000 ਰੁਪਿਆ ਤੇ ਆਪਣਾ ਪਾਸਪੋਰਟ ਤੇ 4 ਨੀਲੇ ਪਰਦੇ ਦੀਆਂ ਫੋਟੋ ਲੈ ਕੇ ਆਓ। ਅਸੀਂ ਇੱਥੇ ਦਫ਼ਤਰ ਆਏ, ਇਹਨਾਂ ਨੇ ਕਾਪੀ ਲਾਈ ਤੇ ਕਹਿੰਦੇ ਵੀ ਤੁਸੀਂ 10-15 ਦਿਨ ਵੇਟ ਕਰੋ, ਤੇ ਅਸੀਂ ਚੱਲ ਗਏ ਆਪਣੇ ਆਪਣੇ ਘਰ, ਆਪਣਾ ਕੰਟੈਕਟ ਨੰਬਰ ਦੇ ਦਿੱਤਾ ਇਹਨਾਂ ਨੂੰ। ਜਦੋਂ ਕੰਟੈਕਟ ਨੰਬਰ ਲੈ ਲਿਆ ਇਹਨਾਂ ਨੇ, ਫਿਰ 12 ਦਿਨ ਬਾਅਦ ਸਾਨੂੰ ਫੋਨ ਆਇਆ, ਕਹਿੰਦੇ ਵੀ ਤੁਸੀਂ ਆਪਣੇ 35,000 ਪੇਪਰ ਲੈ ਕੇ ਆ ਜਾਓ, ਤੁਹਾਡਾ ਵੀਜ਼ਾ ਲੱਗ ਚੁੱਕਾ ਹੈ। ਅਸੀਂ ਇੱਥੇ ਆਏ 35,000 ਰੁਪਇਆ ਲੈ ਕੇ, ਸਾਨੂੰ ਪਹਿਲੇ ਪਾਸਪੋਰਟ ਨੀ ਦਿੱਤਾ ਜੀ, ਇਹ ਕਾਗਜ਼ ਦਿੱਤੇ ਜੀ। ਜਦੋਂ ਇਹ ਕਾਗਜ਼ ਦਿੱਤੇ ਤੇ ਕਹਿੰਦੇ ਆਪਣੀ ਪੇਮੈਂਟ ਜਮ੍ਹਾਂ ਕਰਾਓ, ਤੇ ਅਸੀਂ ਆਪਣੀ ਪੇਮੈਂਟ ਜਮ੍ਹਾਂ ਕਰਾਈ 35,000 ਰੁਪਇਆ, ਤੇ ਫਿਰ ਸਾਨੂੰ ਇਹ ਦਿੱਤੇ ਉਹਨਾਂ ਨੇ, ਇਹ ਸੀਗੇ ਜਾਲੀ। ਤੇ ਫਿਰ ਸਾਨੂੰ ਕਹਿੰਦੇ ਵੀ ਤੁਹਾਡੀ 6 ਤਰੀਕ ਨੂੰ ਫਲਾਈਟ ਹੈ। ਯਕੀਨ ਨੀ ਕੀਤਾ, ਕਹਿੰਦੇ ਸਿਰਫ ਵਿਸ਼ਵਾਸ ਦੀ ਗੱਲ ਹੈ। ਫਿਰ ਕਹਿੰਦੇ ਦਿੱਲੀ ਚਲ ਜਾਓ, 6 ਵਜੇ ਦਿੱਲੀ ਆ ਜਾਓ, ਉੱਥੇ ਤੁਹਾਡੀ ਟਿਕਟ ਕਨਫਰਮ ਹੋ ਜਾਣੀ ਹੈ, ਤੇ ਤੁਹਾਨੂੰ 8 ਵਜੇ ਮੈਸੇਜ ਆਊਗਾ, ਤੇ ਉਸ ਹਿਸਾਬ ਨਾਲ ਤੁਹਾਡੀ ਟਿਕਟ ਫਲਾਈਟ ਹੋ ਜਾਊਗੀ। ਤੇ ਅਸੀਂ ਦਿੱਲੀ ਪਹੁੰਚੇ ਸਾਰੇ ਜਾਣੇ, ਤੇ ਉੱਥੇ ਜਾ ਕੇ ਦੇਖਿਆ ਜਦੋਂ ਏਅਰਪੋਰਟ ਤੇ ਗਏ, ਤੇ ਉੱਥੇ ਉਹ ਨਹੀਂ ਆਏ, ਤੇ ਉਹਨਾਂ ਨੇ ਆਪਣੇ ਫੋਨ ਬੰਦ ਰੱਖੇ ਹੋਏ ਸੀ ਸਾਰੇ, ਜਿਹੜੇ ਵੀ ਕਾਰਡ ਤੇ ਨੰਬਰ ਸੀਗੇ, ਸਾਨੂੰ ਕਾਰਡ ਵੀ ਦਿੱਤਾ ਹੋਇਆ ਸੀ, ਉਹ ਸਾਰੇ ਨੰਬਰ ਬੰਦ ਸੀਗੇ। ਤੇ ਉੱਥੇ ਏਅਰਪੋਰਟ ਤੇ ਅਸੀਂ ਫੋਨ ਲਗਾਉਂਦੇ ਪਏ ਸੀ, ਕਿਸੇ ਦਾ ਫੋਨ ਨਹੀਂ ਲੱਗਾ, ਤੇ ਕੋਈ ਆਇਆ ਵੀ ਨਹੀਂ ਉੱਥੇ, ਕੋਈ ਰਿਸੀਵ ਕਰਨ ਵੀ ਨਹੀਂ ਆਇਆ ਏਅਰਪੋਰਟ ਤੇ। ਤੇ ਫਿਰ ਅਸੀਂ ਉੱਥੇ ਏਅਰਪੋਰਟ ਦੇ ਅੰਦਰ ਐਂਟਰੀ ਕੀਤੀ, ਤੇ ਉਹ ਕਹਿੰਦੇ ਵੀ ਇਹ ਤੁਹਾਡੇ ਸਾਰੇ ਪਾਸਪੋਰਟ, ਇਹ ਤੁਹਾਡਾ ਟਿਕਟ ਵੀਜ਼ਾ ਜਾਲੀ ਹੈ। ਫਿਰ ਉੱਥੇ ਅਸੀਂ ਕਿੱਦਾਂ ਨਾ ਕਿੱਦਾਂ ਕਰਕੇ ਉੱਥੋਂ ਨਿਕਲੇ, ਉੱਥੋਂ ਕਹਿੰਦੇ ਸਾਨੂੰ ਤੁਹਾਡੇ ਤੇ 420 ਦਾ ਕੇਸ ਬਣ ਸਕਦਾ ਹੈ। ਅਸੀਂ ਇੱਥੋਂ ਵੀਜ਼ਾ ਲੈ ਕੇ ਗਏ ਹਾਂ, ਸਾਡੇ ਤੋਂ 35,000 ਰੁਪਇਆ ਲਿਆ, ਇਹਨਾਂ ਨੇ ਕਿਹਾ ਤੁਹਾਨੂੰ ਸ਼ਾਮ ਨੂੰ 8 ਵਜੇ ਮੈਸੇਜ ਆ ਜਾਊਗਾ ਵੀ ਟਿਕਟ ਕਨਫਰਮ ਹੋ ਗਈ ਆ, ਤੇ ਤੁਸੀਂ ਸਵੇਰੇ 7 ਵਜੇ ਤੱਕ ਦਿੱਲੀ, 9:30 ਦੀ ਫਲਾਈਟ ਆ, ਤੁਸੀਂ ਟਾਈਮ ਨਾਲ 6-7 ਵਜੇ ਤੱਕ ਉੱਥੇ ਪਹੁੰਚ ਜਾਓ, ਤੁਹਾਨੂੰ ਉੱਥੇ ਮਿਲਾਂਗੇ। ਠੀਕ ਆ ਜੀ, ਉੱਥੇ ਜਦੋਂ ਅਸੀਂ ਗਏ ਆ, ਸਾਡੇ ਤੋਂ ਪਹਿਲੇ ਵੀ ਬੰਦੇ ਪਹਿਲਾਂ ਜਾ ਚੁੱਕੇ ਸੀਗੇ। ਠੀਕ ਆ ਜੀ, ਜਦੋਂ ਅਸੀਂ ਅੰਦਰ ਐਂਟਰ ਹੋਏ ਆ, ਜਦੋਂ ਐਂਟਰ ਹੋਏ ਤੇ ਇਮੀਗ੍ਰੇਸ਼ਨ ਤੇ ਗਏ ਆ, ਇਮੀਗ੍ਰੇਸ਼ਨ ਵਾਲਿਆਂ ਨੇ ਸਾਨੂੰ ਬਾਹਰ ਹੀ ਆਵਾਜ਼ ਮਾਰ ਲਈ, ਅੱਗੇ ਜਾਣ ਨਹੀਂ ਦਿੱਤਾ। ਉਹਨੇ ਕਿਹਾ ਤੁਸੀਂ ਕਵੈਤ ਚੱਲੇ? ਮੈਂ ਕਿਹਾ ਹਾਂਜੀ ਕਵੈਤ ਚੱਲੇ। ਕਾਹਦੇ ਵਾਸਤੇ? ਇਹ ਕੰਮ ਵਾਸਤੇ। ਜਦੋਂ ਸਾਡਾ ਟਿਕਟ ਵੀਜ਼ਾ ਦੇਖਿਆ, ਕਹਿੰਦੇ ਤੁਹਾਡੇ ਨਾਲ 250 ਬੰਦਾ ਅਸੀਂ ਹਜੇ ਮੋੜ ਚੁੱਕੇ ਹਾਂ ਇੱਥੋਂ, ਤੇ ਅਸੀਂ ਤੁਹਾਨੂੰ ਜਾਣੀ ਕਿ ਇੱਥੇ ਰੱਖ ਵੀ ਸਕਦੇ ਹਾਂ, 420 ਦੇ ਕੇਸ ਵਿੱਚ ਅਸੀਂ ਤੁਹਾਨੂੰ ਫੜ ਕੇ ਬਿਠਾ ਸਕਦੇ ਹਾਂ। ਠੀਕ ਹੈ ਜੀ, ਉੱਥੋਂ ਕਿਸੇ ਵੀ ਤਰ੍ਹਾਂ ਕਰਕੇ ਉਹਨੇ ਸਾਡਾ ਸਾਰਾ ਪਾਸਪੋਰਟ ਦਾ ਨਾਮ ਨੂੰ ਲਿਖ ਕੇ, ਕੰਟੈਕਟ ਨੰਬਰ ਲਿਖ ਕੇ, ਐਂਟਰੀ ਲਿਖ ਕੇ, ਫਿਰ ਸਾਨੂੰ ਉੱਥੋਂ ਬਾਹਰ ਕੱਢਿਆ। ਫਿਰ ਅਸੀਂ ਰਾਤ ਨੂੰ ਉੱਥੋਂ 11 ਵਜੇ ਤੁਰੇ ਹਾਂ ਜੀ, ਹਜੇ ਤੱਕ ਘਰਾਂ ਨੂੰ ਨਹੀਂ ਗਏ ਆ, ਉੱਦਾਂ ਹੀ ਉਹਨੂੰ ਕੱਪੜਿਆਂ ਦੇ ਵਿੱਚ ਵਿਖੜੇ ਹਾਂ। 2 ਦਿਨ ਹੋ ਗਏ ਕੱਪੜੇ ਪਾ ਤੋਂ, ਨਾ ਨਹਾਤੇ ਆ, ਨਾ ਖਾਣਾ ਖਾਧਾ ਆ, ਭੁੱਖੇ ਭਾਣੇ ਦਫ਼ਤਰ ਕੁਛ ਨਹੀਂ ਸੀ, ਦਫ਼ਤਰ ਬੰਦ ਸੀ ਜੀ, ਉਹਨਾਂ ਦੇ ਫੋਨ ਵੀ ਬੰਦ ਹੋ ਸਕੇ ਸੀ। ਮੈਂ ਜਦੋਂ ਸਵੇਰੇ 5 ਵਜੇ ਜਲੰਧਰੋਂ ਬੱਸ 'ਚ ਬੈਠਾ, ਟਰਾਈ ਕਰਦਾ ਸੀ, ਉਹਨਾਂ ਦਾ ਨੋਟ ਵੀ ਚਲਾ ਰਿਹਾ ਸੀ,
ਫੋਨ ਬੰਦ ਹੀ ਆ ਰਿਹਾ ਸੀਗਾ। ਇਹ ਇਹਨਾਂ ਦੀ ਕੰਪਨੀ ਦਾ ਗਲੋਬਲ ਇੰਟਰਪ੍ਰਾਈਜ਼ ਹੈ? ਮਾਲਕ ਜੀ ਇੱਕ ਦਾ ਆਧਾਰ ਕਾਰਡ ਦੀ ਕਾਪੀ ਹੈਗੀ, ਉਹਦਾ ਨਾਮ ਜਤਿੰਦਰ ਸਿੰਘ ਜੀ ਮੁੰਡਾ ਜੀ। ਤੇ ਸਾਨੂੰ ਇਹ ਕਿਹਾ ਵੀ ਸਾਡੇ ਨਾਲ ਦੇ ਗਰੁੱਪ ਤਾਂ 15 ਬੰਦੇ ਆ ਸਲੋਕੜ ਤੋਂ, ਤੇ ਸਾਡੇ 13 ਬੰਦਿਆਂ ਦੇ ਵੀਜ਼ੇ ਆ ਗਏ ਜੀ, ਤੇ ਅਸੀਂ ਇਹਨਾਂ ਕੋਲ ਆਏ ਤੇ ਇਹਨੇ 13 ਬੰਦਿਆਂ ਦੀ ਪੇਮੈਂਟ ਲੈ ਲਈ। ਸਾਨੂੰ ਨਹੀਂ ਕਿਹਾ ਸ਼ੁੱਕਰਵਾਰ ਨੂੰ ਆਇਓ, ਥੋੜੀ ਸ਼ੁੱਕਰਵਾਰ ਨੂੰ ਮਿਲੋ ਸਰ, ਥੋੜੀ ਸ਼ਨੀਵਾਰ ਤੱਕ ਜੀ ਫਲੈਟ ਕਰਾਣੀ, ਤੇ ਹੁਣ ਇਹ ਫਰਾਰ ਹੈ ਜੀ, ਸਾਡੇ ਪਾਸਪੋਰਟ ਇਹਦੇ ਕੋਲ ਜਮਾ ਹੈ। ਕਿੰਨੇ ਕੁ ਬੰਦੇ ਤੁਹਾਡੇ ਜਿਹੜੇ ਹੈਗੇ? ਮੇਰੇ ਹਿਸਾਬ ਨਾਲ 10-15 ਬੰਦੇ ਸਾਡੇ ਇੱਦਾਂ ਹੈਗੇ ਉਹਦੇ ਕੋਲ ਪਾਸਪੋਰਟ ਹੈ ਨਹੀਂ ਇਸ ਟਾਈਮ ਜੀ। ਸਰ ਅਸੀਂ ਆਪਣੀ ਇੱਥੇ ਲੋਕਲ ਪੁਲਿਸ ਚੌਂਕੀ ਗਏ ਤੇ ਉਹ ਕਹਿੰਦੇ ਵੀ ਸਾਡੇ ਚ ਕੋਈ ਰੋਲ ਨਹੀਂ ਹੈ, ਵੀ ਤੁਸੀਂ ਉੱਥੇ ਹੁਸ਼ਿਆਰਪੁਰ ਜਾਓ, ਐਸ ਪੀ ਸਾਹਿਬ ਨੂੰ ਮਿਲੋ ਤੇ ਉਹ ਇਸ ਬਾਰੇ ਗੱਲ ਕਰੋਗੇ। ਆਪਣੇ ਸਾਰੇ ਲੋਕ ਨੇ ਮੇਰੇ ਕੋਲ ਆਏ, ਆਪਣੀ ਐਪਲੀਕੇਸ਼ਨ ਦੀ ਆ, ਇਹਨਾਂ ਨੇ ਇਹ ਕੇਸ ਏਜੰਟ ਨੇ ਪੈਸਾ ਲੈ ਕੇ ਵੀਸਾ ਦਿੱਤਾ, ਇਹਨਾਂ ਨੇ ਦਿੱਲੀ ਏਅਰਪੋਰਟ ਨੇ ਗਏ ਆ, ਫਿਰ ਉੱਥੋਂ ਵਾਪਸ ਆ ਗਏ ਨੇ। ਹੁਣ ਇਹਨਾਂ ਨੇ ਮੇਰੇ ਕੋਲ ਐਪਲੀਕੇਸ਼ਨ ਦਿੱਤਾ, ਮੈਂ ਉਹਨਾਂ ਦੇ ਵਿੱਚ ਕਾਰਵਾਈ ਕਰੂੰਗਾ। ਮੈਂ ਵੀ ਆਫਿਸਰ ਕੋ ਲਗਾ ਦੂੰਗਾ, ਇਸ ਕੋ ਤਲਾਸ਼ੀ ਲੇਂਗੇ, ਚੈੱਕ ਕਰੇਂਗੇ, ਜੋ ਬੰਦੀ ਕਰ ਰਹੇ ਜਲਦੀ ਕਰਾ ਦੇਂਗੇ।